ਨੱਚ ਜਾ ਜਲਦੀ ਉੱਠ ਬੈ ਮੈਂ ਖਲੋ ਕੇ ਆਕੜ ਗਈ ਆ ਘੰਟਾ ਹੋ ਗਿਆ ਤੁਹਾਲੇ ਬੈਠਾ ਹੀ ਹੋਇਆ ਕੋਈ ਸ਼ੈ ਉਸੀ ਤਾਂ ਮੈਂ ਉਸਾਂ ਤੇ ਕੋਈ ਸ਼ੈ ਨਹੀਂ ਆਉਂਦੀ ਪਈ ਤੇ ਫਿਰ ਉਹ ਤਾਂ ਉੱਠ ਹੀ ਬੈ ਇੱਥੇ ਤੂੰ YouTube ਚਲਾਈ ਬੈਠਾ ਆ ਸ਼ੁਕਰੀਆ ਮੇਰੀ ਜਾਨ ਤੇ ਬਣੀ ਖੋਤੀ ਤੈਨੂੰ ਜੁਗਤਾ ਸੁਝਦੀਆਂ ਪਈਆਂ ਨੇ ਆਪੇ ਤਾਂ ਆਖੀ ਜਾਣਾ ਕੋਈ ਸ਼ੈ ਨਹੀਂ ਆਉਂਦੀ ਪਈ ਤੇ ਫਿਰ ਉਹਰਾ ਦਫਾ ਹੋ ਜਾ ਨਹੀਂ ਮੈਥੋਂ ਨਹੀਂ ਆਵਿੰਦਾ ਓ ਮੈਂ ਗਿਆ ਮੇਰੇ ਡੱਡ ਚ ਗੜੋਂ ਬੱਜਾ ਖੜਾਤਾ ਈ ਉੱਠ ਕੇ ਫਿਰ ਰਾਗਾ ਆ ਜਾ ਰਾਤ ਵਿੱਚ ਕੋਈ ਫੱਕੀ ਲੈਨੇ ਉਹ ਖਾ ਤੋਂ ਲਵੀ ਤੇ ਠੀਕ ਹੋ ਜਾਸੇ ਓਏ ਮਿੱਛਾਂ ਆਈ ਜਾਂਦੀਆਂ ਨੇ ਹੋਰ ਕੁਝ ਨਹੀਂ ਆਉਂਦਾ ਪਿਆ ਹਾਏ ਸੁਕਰੀ ਮੈਂ ਹੁਣ ਦੱਸ ਕੀ ਕਰਾਂ ਮੈਨੂੰ ਸ਼ੱਕ ਪਾਉਂਦਾ ਪਿਆ ਉਹਨਾਂ ਦਾ ਸਾਲਣ ਨਹੀਂ ਠੀਕ ਆ ਸਾਲਣ ਉਹਨਾਂ ਦਾ ਠੀਕ ਹੈ ਗਿਆ ਤੂੰ ਦੱਸ ਕੇ ਖਾਦਾ ਹੈਗਾ ਤੂੰ ਕਸਰ ਕੋਈ ਨਹੀਂ ਛੱਡੀ ਤਾਂ ਹੀ ਹੋਇਆ ਖਲੋਤਾ ਹੈ ਹਾਂ ਤੇਰੀ ਗੱਲ ਸਹੀ ਹੈ ਖਾਦਾ ਵੀ ਮੈਂ ਦੱਸ ਕੇ ਸਾਲਣ ਵੀ ਸੁਰੀਲਾ ਪੱਕਾ ਹੋਇਆ ਹੁਣ ਕਿਲ ਦਾ ਵੀ ਤਾਂ ਪਿਆ ਹੈਗਾ ਐਡੀ ਵੱਡੀ ਸ਼ਾਦੀ ਹੈਗੀ ਹੈ ਤੇ ਖਾਮਾ ਨਾਲੋਂ ਜ਼ਿਆਦਾ ਤਵੱਜਾ ਤੂੰ ਵੇਲਾ ਤਾਂ ਪਾਉਂਦਾ ਨਾ ਤੇ ਆਪਾਂ 100 ਰੁਪਏ ਲੈ ਆਣੇ ਆਣ ਓਏ ਨਾਂਜੂ ਆਖਿਆ ਹਾ ਨਿਕਾਹ ਤੋਂ ਬਾਅਦ ਗਾਲ ਵੀ ਮੈਂ ਆਖਿਆ ਚਲੋ ਨਿਕਾਹ ਤੋਂ ਬਾਅਦ ਗਾਲ ਹੀ ਸਾਂ ਤੇ ਨਿਕਾਹ ਯਾ ਹੁੰਦਾ ਗਿਆ ਉਹਨਾਂ ਰੋਟੀ ਖੋਲ ਛੱਡੀ ਮੈਂ ਆਖਿਆ ਚਲੋ ਰੋਟੀ ਖਾ ਲੈਨੇ ਆ ਪਹਿਲੇ ਹਾਂ ਪਹਿਲੇ ਰੋਟੀ ਖਾ ਲਈ ਨਾ ਤਾਂ ਕਿਆ ਹਾਲ ਹੋਇਆ ਖਲੋਤਾ ਹੈਗਾ ਅਗਾ ਟੋਰੋ ਨਾ ਉਸ ਟਾਈਮ ਮੈਂ ਗਾਂਦਾ ਵੀ ਰਾਂਦਾ ਨਾ ਲੋਕਾਂ ਦੀ ਤਵੱਜੋ ਰੋਟੀ ਲੈ ਆਈ ਵੇਲ ਕਿਸੇ ਨਹੀਂ ਦੇਣੀ ਆਈ ਜੇ ਤੂੰ ਥੋੜਾ ਤੁਣ ਲਵੇਂ ਗਈਆਂ ਰੋਟੀ ਤੁਣ ਕੇ ਉਸ ਤੋਂ ਬਾਅਦ ਤੇਰੇ ਕੋਲ ਬੁਲੀਜਾ ਵੀ ਨਹੀਂ ਗਿਆ ਹੈਗਾ ਤੇ ਉਹਨਾਂ ਆਖਿਆ ਮੀਆਂ ਉੱਠੋ ਤਾਂ ਨਿਕਲਦੇ ਹੋ ਉਹ ਤਾਂ ਤੁਸ ਤਾਂ ਬੇਸੁਰੇ ਨੇ ਓਏ ਅਸੀਂ ਬੇਸੁਰੇ ਨਹੀਂ ਆ ਸਾਲਣ ਜਿਹੜਾ ਹਾ ਉਹ ਸੁਰੀਲਾ ਪੱਕਿਆ ਹੋਇਆ ਹਾ ਮੈਂ ਕਿਹੜਾ ਐਡਾ ਗਣਾ ਖਾ ਬੈਠਾ ਬਸ ਪਤਾ ਨਹੀਂ ਕੀ ਵਜ੍ਹਾ ਬਣੀ ਖਲੋਤੀ ਹੈ ਅਗਰ ਟੋਰ ਕੀ ਵਜ੍ਹਾ ਬਣੀ ਖਲੋਤੀ ਸੁਗਰੀਆ ਹਾਂ ਮੈਨੂੰ ਉਮੀਦ ਲੱਗੀ ਖਲੋਤੀ ਹੈ ਤਾਈ ਨੂੰ ਸਾਧ ਲਿਆਵਾ ਲੱਖ ਲਾਣਾ ਤਈ ਮੈਂ ਕਿਹਾ ਚਲੋ ਵਾਹ ਵੂ ਆ ਜਾ ਸੀ ਮੇਰਾ ਡੇਢ ਵਾਹ ਆ ਜਾ ਸੀ ਮੇਰੇ ਡੇਢ ਪਟਾਕੇ ਤੇ ਆਇਆ ਖਲੋਤਾ ਈ ਰਮਜ਼ੀ ਕੁਛ ਵੀ ਨਹੀਂ ਹੋਣਾ ਕੋਈ ਹਵਾਸ਼ਵਾਨੀ ਆਣੀ ਹੈਗੀ ਰਾਤ ਵਿੱਚ ਤੂੰ 20 ਵਾਰ ਮੈਨੂੰ ਰੁਕਾਇਆ ਤੇ ਇਹੋ ਗੱਲ ਕੀਤੀ ਹੈਗੀ ਚੱਲ ਟੋਰ ਰਾਤ ਵਿੱਚ ਤੈਨੂੰ ਛਿਲਕਾ ਲੈ ਦੇਣੀ ਆ ਮੈਂ ਮਰਦਾ ਪਿਆਉ ਮੇਰਾ ਕੁਝ ਕਰ ਲਾ ਇਹ ਬਕਵਾਸ ਤਾਂ ਤੈਨੂੰ ਮੈਂ ਕੀਤੀ ਜਾਣੀ ਆ ਕਿ ਥੋੜੀ ਜਿਹੀ ਹਿੰਮਤ ਕਰ ਆਪਾਂ ਚੱਕ ਦੇ ਵਿੱਚ ਪਹੁੰਚ ਜਾਣਾ ਹੈ ਤੇ ਉੱਥੇ ਤੇ ਡਾਕਟਰ ਕੋਲ ਕੋਈ ਗੋਲੀਆਂ ਲੈ ਦੇਣੀ ਆ ਸੁਗਰੀ ਆ ਜੇ ਗੋਲੀਆਂ ਖਾਵਣ ਦੀ ਗੁੰਜਾਇਸ਼ ਹੁੰਦੀ ਤੇ ਮੈਂ ਉੱਥੋਂ ਦੋ ਬੋਟੀਆਂ ਹੋਰ ਨਾ ਖਾ ਲਵਾਂ ਹਾਂ ਲੱਖ ਲਾਂਤੀ ਆਏ ਹਾਲ ਹੋਇਆ ਪਿਆ ਤੇਰਾ ਫਿਰ ਵੀ ਤੇਰੀ ਉਹਨਾਂ ਦੋ ਬੋਟੀਆਂ ਤੇ ਅੱਖ ਵੱਜੀ ਪਈ ਏ ਉਹ ਤਾਂ ਉਠੀ ਪਿਆ ਗੋਡਿਆਂ ਤੇ ਹੱਥ ਰੱਖੀ ਖਲੋਤਾ ਹੈ ਤਾਂ ਓ ਰਮਜ਼ੀ ਵੇ ਰਮਜ਼ੀ ਓਏ ਆ ਲੈ ਇੱਥੇ ਤਾਂ ਕੋਈ ਬੰਦਾ ਹੀ ਕੋਣੀ ਪਤਾ ਹੈਗਾ ਵੇ ਰਮਜ਼ੀ ਆ ਓਏ ਆ ਲੈ ਇਹਨੂੰ ਕੀ ਹੋ ਗਿਆ ਹੁਣ ਮੈਨੂੰ ਹੀ ਭੱਜ ਕੇ ਜਾਣਾ ਪਈ ਸੀ ਉਹਨਾਂ ਨੂੰ ਲੈ ਆਵਾਂ ਜੱਸੂ ਪੰਜੂ ਹਾਰ ਕਬੂਤਰ ਡੋਲੀ ਜੱਸੂ ਪੰਜੂ ਹਾਰ ਕਬੂਤਰ ਡੋਲੀ ਹਾਂ ਤੂੰ ਹਾਰ ਗਿਆ ਹਾਰ ਗਿਆ ਮੈਂ ਹਾਂ ਚੱਲ ਓਏ ਤੇਰਾ ਉਹ ਠੰਡ ਆ ਗਈ ਤੇ ਹੱਥ ਮੇਰਾ ਤੋੜਤੇ ਓਏ ਅੰਮਾ ਆ ਵੇਖ ਲੈ ਤਰਾਈ ਘੋੜਾ ਮੈਨੂੰ ਮਾਰੀ ਜਾਂਦਾ ਹਾਰ ਗਿਆ ਮੇਰੇ ਕੋਲ ਤੇ ਮੈਨੂੰ ਕੱਲੇ ਨੂੰ ਤੇ ਜਾਂਦੀ ਕੀਤੀ ਸੋ ਉਹ ਚੰਗਾ ਕੀਤਾ ਸੋ ਬੇਵਰਤ ਤੇ ਆਉ ਕੇ ਉਹ ਵਿਚਾਰਾ ਧੰਮੀ ਦੇ ਗਿਆ ਮੰਗਣ ਪਿੰਨਣ ਉਹ ਪਿੰਨ ਮੰਗ ਕੇ ਲਾਇਆ ਹੁੰਦਾ ਤਾਂ ਤੁਸੀਂ ਖਾਂਦੇ ਆਚਰਦੇ ਨੇ ਤੇ ਮੰਜੀ ਤੋਂ ਕਬਾ ਜਾਂਦੇ ਤੁਸੀਂ ਕੋ ਕੰਮ ਦੰਦਾ ਕਰ ਲੋ ਬਗੈਰ ਤੇ ਆਉਗੇ ਓਏ ਅੰਮਾ ਸਾਡੇ ਨਸੀਬਾਂ ਨੂੰ ਅੱਲਾ ਦਿੰਦਾ ਪਿਆ ਅਸੀਂ ਘਰ ਚ ਨਾ ਨਾ ਹੋਈਏ ਤੇ ਉਹ ਖਾਲੀ ਆਵੇ ਕਰੀਆ ਬਿਆ ਬਕੇ ਲੈ ਖਲਾਨਤ ਨੇ ਜੇ ਤੁਹਾਡੇ ਨਸੀਬਾਂ ਚ ਹੋਵੇ ਆ ਨਾ ਤੁਹਾਨੂੰ ਤਬਲਾ ਨਹੀਂ ਵਜਾਉਣਾ ਆਉਂਦਾ ਜੇ ਤੁਹਾਨੂੰ ਗਾਉਣਾ ਨਹੀਂ ਆਉਂਦਾ ਤੁਹਾਡੇ ਸੱਗ ਪੱਕੇ ਹੋਣ ਬਈ ਮਾਨਾ ਹੋ ਕੇ ਤੁਸੀਂ ਉੱਠ ਕੇ ਮੰਗ ਲਿਆਂਦਾ ਕੀਤਾ ਕਰੋ ਓਏ ਅੰਮਾ ਸਾਡੇ ਨਾਲ ਕਿਉਂ ਲੜਦੀ ਪਈ ਐ ਇੱਕ ਤਾਂ ਆਪਣੇ ਗਾਰੇ ਢੋਲਕ ਐ ਉਹ ਚਾਹ ਤੇ ਕਾਚੇ ਪਾ ਲੈਂਦਾ ਤੇ ਅਸੀਂ ਕਿਵੇਂ ਜਾਈਏ ਤੁਸੀਂ ਢੋਲਕ ਤੋਂ ਬਗੈਰ ਹੀ ਪਰ ਮੈਂ ਤੇ ਵਗ ਜਾਉ ਨਾ ਤੇ ਤੁਹਾਨੂੰ ਖਾਲੀ ਆ ਤੋਂ ਨਹੀਂ ਅਟੈਂਦੇ ਬੇਈਮਾਨ ਨਾ ਹੋ ਕੇ ਤੁਹਾਡੇ ਆਦੀ ਦੇਲ ਕੋਈ ਨਹੀਂ ਹੈਗੀ ਹੁਣ ਉਹ ਲਾਇਆ ਸੇ ਦੋਵੇਂ ਸੁਹਾਣੀ ਮਦਦ ਤੁਸੀਂ ਖਵਿਆ ਹੈ ਬਾਈ ਕੇ ਉਹ ਮੈਨੂੰ ਤਾਂ ਇੰਡੀਅਨ ਵਾਜਾ ਮੰਗਵਾ ਕੇ ਦੇ ਤੇ ਮੋੜ ਮੈਂ ਵੱਡੇ ਪ੍ਰੋਗਰਾਮ ਕਰ ਸਾ ਤੇ ਤੋਂ ਨੋਟ ਨਹੀਂ ਸਾਂਭੇ ਜਾਣੇ ਜਿਹੜਾ ਤੂੰ ਮੈਂ ਲੋਟ ਕਮਾ ਕੇ ਦੇਸੇ ਨਾ ਮੈਨੂੰ ਬੜਾ ਪਤਾ ਹੈਗਾ ਮੰਜੀ ਤੂੰ ਤੇਰੇ ਕੋਠੀ ਵੀ ਜਾਣਾ ਹੀ ਜਾਂਦਾ ਤੇ ਤੂੰ ਮੈਂ ਲੋਟ ਕਮਾ ਕੇ ਦੇਸੇ ਅੱਲਾ ਜਾਣੇ ਉਹ ਸੁਬਾ ਤਾਂ ਗਿਓ ਹੈ ਸ਼ਾਮ ਹੋਵਣ ਵਾਲੀ ਹੈ ਤਾਂ ਜੇ ਨਹੀਂ ਆਇਆ ਕਿਸੇ ਦੀ ਸ਼ਾਦੀ ਆਈ ਉਹਦੇ ਗਿਓ ਆ ਆ ਆ ਅੰਮਾ ਇਹ ਤਾਂ ਹੈ ਹੀ ਅੱਡ ਆਰਾਮ ਤੂੰ ਤਾਂ ਕੰਮ ਕਾਰ ਕਰਦਾ ਬੈਠਾ ਚੱਲਣ ਖੈਰ ਮੇਰੇ ਨਾਲ ਚੱਲ ਚਾਚੀ ਕੀ ਹਾਲ ਹੈ ਚੰਗਾ ਹਾਲ ਹੈ
ਮੰਮਾ ਜੀ ਠੀਕ ਹੋ? ਹਾਂ ਮੈਂ ਠੀਕ ਠਾਕ ਆ, ਕਿਵੇਂ ਆ ਨੀ? ਓਏ ਮਾ ਇਥੋਂ ਗਲੀ ਚ ਲੱਗੇ ਜਾਂਦੇ ਐਸੇ, ਮੈਂ ਕਹਿ ਤੂੰ ਗੇੜਾ ਕੱਢੀ ਜਾ ਵੀ ਐ ਤੇ ਕਿਹਦੇ ਗਿਆ ਰਮਜ਼ੇ? ਰਮਜ਼ੇ ਤਾਂ ਕੋਈ ਨਹੀਂ ਤਾਂ ਦੰਮੀ ਦਾ ਨਾ, ਇੱਧਰ ਕਿਤੇ ਸ਼ਾਦੀ ਆਈ ਤੇ ਉਹਦੇ ਦੋਵੇਂ ਜੀ ਗਏ ਹੋ ਢੋਲਕੀ ਲਾ ਕੇ ਤੇ ਅਜੇ ਤਾਂ ਕੋਈ ਨਹੀਂ ਆਇਆ। ਰੋਟੀ ਨਹੀਂ ਪਕਾਈ? ਤੈਨੂੰ ਖਵਾਵਾਂ ਮੈਂ ਰੋਟੀ? ਮੇਰੇ ਵਾਸਤੇ ਕੀ ਲੈ ਕੇ ਆਏ ਨੇ? ਓ ਰਮਜ਼ੀ ਦਾ ਪੁੱਛੀ ਜਾਂਦੇ ਜੰਨੇ ਹੋ, ਅਸੀਂ ਨਹੀਂ ਬੈਠੇ, ਬੈਠਿਆ ਸੀ ਉਹਦਾ ਫਿਰਾ ਨਹੀਂ। गोश्त सुरीला पकिया होया हा, दो परातां गोश्त दियां खादियां, उत्तों खीर खादी, उत्तों बाबा सारी कोक पी लई है, बस गुड़ोम बन गया मोडेड दे विच मां। खान साहब शाह नु वेख के तुसी बिचल ना गए करो, हौसले नाल खा लवियां हुण के मैनू लाए चलो। ओ यार चल चल ओए ते गल्ला करदा रवी, इनू सिद्धे होवो। आ जाओ आ जाओ आ जाओ आ जाओ। आए आए ओए हालो में मर गई। मैनू पता लगा खला जेड़ी तेन मरज लगी खली तू आंदी उसी भूतरे नु आनी जा कड्डे तू गोश्त लाया सी ते मैं तड़के च भुन के खासा, मेरे को एक रुपया कोई नहीं, मैं किधू लाया वा गोश्त नु? तू बग्गा मार, मैं नहीं खानी है, मैनू एक बारी मेरी मां को ले चल। असल तेनू आ सूल उठिया खला के मैं माल जावा, खबरदार ओदे नहीं जावना, रोजाना बंदा जांदा रहे तो बंदा बेशरम लगदा। बुतना मेरी मां ब्लड दी मरीज है ते आज मेरा दिल बुज्जी कोता, मेरी मां नु कोई शे खुदाद नहीं, मैनू आज लेके वाग जा मुंड, मैं तेनू कदी भी नहीं आनी आ। जे ले तेरी मां मर गई ना, अपने अल फोन आ जा सी उल्ले आपा वाग जे सा, इज्जत नाल अंदर बह जाने ते मदान बांध छड़ सा। काली जुबान है के मेरी मां ने मगरू लत्था रे कर होण तो हर वेले दीवावी जुमी रांदी है। तो मोड़ मैं की करा, बारू शादियां तो मिसाले आले गोश्त लाए अंदर, अन्ने वा खांदी तो मोड़ बीमार होई पई होन तो मंजी माल लेंदी है। तेरी मां नाल तो थोड़ा खांदी है की ओ घर दा सालन खांदी है ते जेड़ शी शायद लभदी ओ शायद पेल जांदे, मोड़ मुंह टूप तरह कीती पई होन। लाख की लानत है तेरी सास से मावा ती थांदी। मैं तेरा खामोदा बैठे ने जे दूर जावे तेरा किराया लगे आ, शुक्र कर तेरे किराया तू बच गया, ले जा ते बेचारी नूं मिलवा के लै आवी। मुस्कान मैनु वास नाल नहीं आ क्या के मैनु उदे लै चल, मेरे दिल नु घाबरा पंदियां पे, अज मेरी मां नु कुछ ना कुछ जरूर है। हां वे पूतनिया लै के वाग जा, जेडियां दियां होंदियां ना मां दे डेढ़ दियां नाड़ा होंदियां ने, है नी बिल्लो तेरी मां नु है की? उंदा एक्सीडेंट होया ते मनका बाज गया सो। चल मेरी बहन तू चुप कर, मैं भी तेरे नाल लगी जा सा, चलो मैं भी तेरी मां दा हाल चाल पूछ ले सा। तू तो आज कोई ना कोई मसला जरूर मेरे पेटियां घर चल, ओनू कोई भी ना मसला होया तो मैं वेख तेरे उथे इलाज की करंदा।
चंगा कीता है। राणा नाई तुम और मेरी भी तो माँ है। चल लगा का मैं नहीं मामा अगर तोड़ रमजी वे माँ तक दलासा दे जा मेरे तो ब्लड बदिया कुलता है मैंने तो गल्ला चार कर ला मेरा तो अल्लाह जाने टेट भी बदिया कुलता है वे चीनिया बजा जा ते ने मामे ने साथ लिया कुकी नू साथ लिया अम्मा जा जा मार गई मेरे दिल नू घबराई जानिया ने इशारा कर दी पी है कि छापर गत ला तो उतू मैं छापर कि छापर तो लारा कोई ब्लेड कदू ढेड ही गत लिया नींबू कटिया होया हा बिच दही पाई हुई आई सोहनी बोनी लगी हुई आई आई मैं हाथ नाल आई करदा हस बोटी वलदा हो जांदी आई अम्मा छे नलियां मैनू लभियां मैं छे नलियां परात दे विच जाड़ी जन उस तो बाद दस केड़े काफिर दा दिल करदा है कि ना खा वे जनाब दे मारे होया एडा चंगा जो पके होया तो मैनू फोन क्यों नहीं किता मैं आई बजी जामासू ओ भाऊ तैनू लवे मौला जे एडी सुरीली शादी आई तो सानू नाल ले जावे असी भी खा थक लवीए आ ओ खा तोन के आदा डे डई की तिकलोता जिवे कछु कुमाउंदा हैगा तो तुसी खाओ तुनवा तो ताडा भी हाल इवें होवे आया हुन इते खावण तुन्ना तो ना आख रखो बहन दे वास्ते कोई इलाज करो शुक्रिया ओ मैनू पता है खादा तू भी तन के ही है पर तैनू जरा पच गया मैनू पछदा नहीं पिया ਹੁਣ ਮੇਰੇ ਮੇਦ ਨੂੰ ਨਜ਼ਰ ਨਾ ਲਾ ਪਿਆ ਤੇਰਾ ਡੇਡ ਤਾਂ ਬੁਕਾਨੇ ਤੇ ਫੁੱਲਿਆ ਪਿਆਗਾ ਮੇਰਾ ਡੇਡ ਕੀ ਤਾਂ ਨਾ ਫੁੱਲ ਜਾਵੇ ਹੁਣ ਅੱਲਾ ਜਾਣੇ ਤੁਹਾਡੇ ਮਾਮਾ ਕਿੱਥੇ ਰਹਿ ਗਿਆ ਜੇ ਤਾਂ ਕੁੱਕੀ ਕੋਈ ਨਹੀਂ ਅਪੜਿਆ ਜਿਹਨਾਂ ਨੂੰ ਗੱਲਿਆ ਤਾਂ ਆ ਜਾਂਦਾ ਅੱਬਾ ਜਿਹੜਾ ਹੁਣ ਤਾਂ ਇਹਨੇ ਨਾ ਫੁੱਲਿਆ ਉਹ ਤੇਰਾ ਨਹੀਂ ਫੁੱਲਦਾ ਡੇਡ ਤੂੰ ਫੁਲਾ ਕੇ ਖਲਾਸੇ ਮੈਨੂੰ ਇੱਕ ਵਾਰੀ ਵਾਸ਼ਰੂਮ ਜਾਵਣ ਦੇ ਉਹਨਾ ਉਹ ਤਾਂ ਉੱਠ ਮੈਨੂੰ ਲੱਗਦਾ ਕੰਮ ਨੇੜੇ ਆ ਗਿਆ ਤੇ ਗੱਲੋ ਵੇ ਗੱਲੋ ਕਿਤੇ ਛੁਟਕਾਰਾ ਹੋਵੇ ਇੰਦਾ ਉਹ ਵਰਜਾਈਆਂ ਦੇ ਨਾਲ ਹੀ ਲੱਗ ਜਾਏ ਵਾਸ਼ਰੂਮ ਬਰਾਵਾਂ ਦਾ ਕੰਮ ਹੁੰਦਾ ਕਿ ਵਰਜਾਈਆਂ ਦਾ ਕੰਮ ਹੁੰਦਾ ਤੇ ਮੂੰਹ ਹੀ ਵਰਜਾਈ ਨੂੰ ਨਾਲ ਗੱਲੋ ਨਾ ਕਰੇ ਤੇ ਇੰਦਾ ਉਥੇ ਹੀ ਕਬਜ਼ੇ ਟੁੱਟੇ ਤੇ ਜਾਨ ਛੁੱਟੇ ਇੰਦੀ ਅੱਲਾ ਕਰਸ਼ ਆ ਭਰ ਕੇ ਆਵਾਜ਼ ਕਰ ਜਿਵੇਂ ਮੈਂ ਕਹਿੰਦੀ ਪਈ ਆ ਸਨਮ ਸ਼ੁਰੂ ਕਰੋ ਸਰ ਜੀ ਉਸਤਾਦ ਜੀ ਤੁਹਾਡੀ ਕਿਉਂ ਫੂਕ ਨਿਕਲ ਜਾਂਦੀ ਹੈ ਬਸ ਹੈ ਹੀ ਨਹੀਂ ਜਿੰਨੀ ਦੇਰ ਡੱਕ ਸਕਣਾ ਜਦੋਂ ਨਿਕਲਦੀ ਤੇ ਫਿਰ ਪਤਾ ਹੀ ਨਹੀਂ ਲੱਗਦਾ ਮੈਂ ਉਸ ਹਵਾ ਦੀ ਗੱਲ ਨਹੀਂ ਕਰਦੀ ਪਈ ਮੈਂ ਵਾਜੇ ਦੇ ਪੱਖੇ ਦੀ ਗੱਲ ਕਰਨੀ ਪਈ ਆ ਸਾਜੀ ਵੈਸੇ ਉਹ ਹਵਾ ਛੱਡਿਆ ਵੀ ਨਹੀਂ ਇੱਥੇ ਬਵੇਵਣਾ ਹੀ ਕੋਈ ਨਹੀਂ ਠੀਕ ਹੈ ਨਹੀਂ ਛੱਡਦਾ ਉਹ ਮੈਂ ਤੈਨੂੰ ਆਖਾ ਸੀ ਅਗਰ ਤੂੰ ਪੱਕੀ ਸ਼ਗਿਰਦ ਹੋਣੀ ਹੈ ਤੇ ਹੱਥ ਦਾ ਗਾਨਾ ਸਾਫਾ ਤੇ ਸੂਟ ਤੇ ਮਿਠਾਈ ਦਾ ਡੱਬਾ ਲੈ ਕੇ ਕਿਉਂ ਨਹੀਂ ਆਈ ਹੈ ਚਾਚਾ ਮੈਂ ਤੁਹਾਡੇ ਭਤਰੀਏ ਨਾਲ ਗੱਲ ਕੀਤੀ ਹਾਈ ਬਈ ਮੈਂ ਜਾ ਕੇ ਸ਼ਗਿਰਦ ਹੋਣਾ ਮੈਨੂੰ ਕੋਈ ਮਿਠਾਈ ਛਿਠਾਈ ਦਿਓ ਉਹਨੇ ਆਖੇ ਘਰ ਦੀ ਗੱਲ ਬਾਅਦ ਇਹ ਦਿੰਦੇ ਲੈਂਦੇ ਰਸਾਂ ਲੈ ਬਾਅਦ ਵਿੱਚ ਦਿੰਦੇ ਲੈਂਦੇ ਰਸਾਂ ਮੁੜ ਬਾਅਦ ਵਿੱਚ ਸਿੱਖ ਲਵੀਂ ਓਏ ਹੋਏ ਛੱਡਿਆ ਕਰੋ ਤੁਸੀਂ ਤਾਂ ਹਰ ਵਕਤ ਖਾਣ ਪੀਣ ਦੇ ਪਿੱਛੇ ਪੈ ਰਹਿੰਦੇ ਹੋ ਮਗਰ ਸਨਮ ਇਹ ਵੀ ਗੱਲ ਠੀਕ ਹੈਗੀ ਏ ਕਿ ਇੱਕ ਸ਼ਗਨ ਹੁੰਦਾ ਹੈ ਤੂੰ ਠੀਕ ਤਰੀਕੇ ਨਾਲ ਗਾਣਾ ਸ਼ੁਰੂ ਕਰ ਦੇਂਗੀ ਜੇ ਅਗਰ ਇਹ ਤੂੰ ਮਠਿਆਈ ਤੇ ਮੌਲੀ ਲੈ ਕੇ ਆਏਂਗੀ ਠੀਕ ਹੈ ਚਾਚੀ ਮੈਂ ਅੱਜ ਤੁਹਾਡੇ ਭਤਰੀਏ ਨਾਲ ਗੱਲ ਕਰਸਾਂ ਬਈ ਸਾਰੇ ਸ਼ਗਨ ਪੂਰੇ ਕਰ ਲਾ ਤਾਂ ਹੀ ਤਾਂ ਮੈਂ ਬਸੂਰਾ ਕਰਨੀ ਆ ਜਦੋਂ ਮਿਠਾਈ ਛਿਠਾਈ ਆ ਗਈ ਉਦੋਂ ਮੈਂ ਸਹੁਰੇ 'ਚ ਵੀ ਆ ਜਾਸਾਂ ਹਾਂ ਆ ਗਏ ਦੇ ਉਹ ਤੂੰ ਇੱਧੇ ਆਈ ਬੈਠੀ ਔਰ ਆ ਮੈਨੂੰ ਘਰੇ ਥਿਗੜੀਆਂ ਕੱਢ ਦੇ ਆ ਮੈਂ ਪੈਂਟ ਲਾ ਲਵਾਂ ਤਾਂ ਮੈਂ ਕਿਤੇ ਕੰਮ ਜਾਵਾਂ ਓਏ ਹੋਏ ਸੰਦੂਕ ਚੋਂ ਕੱਪੜੇ ਕੱਢ ਕੇ ਪਾ ਲਵੇਂ ਆ ਸਵੇਰੇ ਮੈਂ ਰਿਆਜ਼ ਕਰਨ ਨਹੀਂ ਆਈ ਮੈਨੂੰ ਹੁਣ ਟਾਈਮ ਲੱਗਾ ਮੈਂ ਕਿ ਭੱਜ ਕੇ ਰਿਆਜ਼ ਕਰ ਆਵਾਂ ਤੇ ਉਹ ਗੱਲ ਹੋਈ ਨਾ ਵੀ ਰਾਤੀ ਮੈਂ ਤੈਨੂੰ ਆਖਿਆ ਵੀ ਚਾਚੇ ਉਹਨਾਂ ਨੂੰ ਮਿਠਾਈ ਛਿਠਾਈ ਦੇ ਦੇਈਏ ਤੂੰ ਮੇਰੀ ਹੈ ਕਿ ਨਹੀਂ ਸੁਣਿਓ ਗਿਲਾ ਕਰਦੇ ਪੈਣਾ ਉਹਨਾਂ ਨੂੰ ਜਵਾਬ ਦੇ ਓਏ ਇਹ ਕਿਤੇ ਜਾਂਦੇ ਪੈ ਨਹੀਂ ਇਹਨਾਂ ਨੂੰ ਮਿਠਾਈ ਵੀ ਦੇ ਲਈ ਸਾਂ ਪਹਿਲੇ ਤੂੰ ਆਪ ਦੇ ਗੱਲ ਦੀ ਆਵਾਜ਼ ਤਾਂ ਠੀਕ ਕਰ ਲਾ ਅਜੀ ਤਾਂ ਤੂੰ ਐਂ ਬਕਾਨੀ ਹੈ ਜਿਵੇਂ ਬੱਕਰੀ ਬਕਾਨੀ ਹੈ ਬਬਾ ਬਬਾ ਕਰਕੇ ਉਹ ਮਾਸੀ ਖੁਦਾ ਦਾ ਨਾਂ ਇਹਨੂੰ ਕਾਲ ਨਾਲ ਵਲ ਸਿਖਾ ਕੇ ਐਵੇਂ ਟਾਈਮ ਹੀ ਜ਼ਾਇਆ ਕੀਤੀ ਜਾਂਦੀ ਓਏ ਉਹ ਤੇ ਹੈ ਹੀ ਬਸੂਰੀ ਹੈ ਉਹਨੂੰ
अपनी सारी बिरादरी कितना सोना गांधी है सुगरी नु वेख ला वो भी बड़ा सोना गांधी है मैं भी एक दिन बड़ी वड्डी गुलूकार बन सा आए अपनी पितरेर भी गांधी है हां हां मैं गांधी बड़ा सोना गुलूकारा दे घर जम्मी हां इन्ना को तो चलदा ही है ना हां वेखी हुन तन गा के सुना दी मेरे जी मेरे सुर दे नाल तो गावी तू सुर सीधा कर ओए सुर सुर बंद करो अब धर्म जी खा के बिसुरा होया ते आने खा के बिसुरा होया पे वे चवला जिया को सीधी गल कर जेड़ी साडे भी पल्ले पवे ओए रम जी गया कि नहीं शादी ते ओ ते खा खा के डेढ़ डोया ते आनु ओनो प्यांदे जा मामन साडे लियाओ आ साडे भी जेड़ी बलादरी हैगी ना मरासी ए भी खाना फ्री दा छटदी नहीं है खा खा के पावे उंज कवरां च वड़ जान चुप कर मेरे बड़े ते गले पैदा नहीं परजाई अंदरू दाने पा के मंजी दे थले रख ओ बहु दे थोड़ा कोई टाइम रख लड़ते कोई दुआ मां गल्ला ताला नु सेहत देवे तंदुरुस्ती देवे तू दाने दी गल कीती जांदा ओए आ लियो मैं मर जावा वे दरियां क्यों लिया के बिछाइया ने ओ दरियां मां मैं ले आंदिया ने क्या ओ मैं आखा टाइम ना ले आवा बहु दा ता टाइम आखरी आया खड़ा मोर शाम नु दुकानां बंद हो जासी मैं किदे खज्जल हुंदा बस वे उठी वे मेरा सोना बच्चा तेरे वास्ते दरियां भी आ गईयां अम्मा हौसला कर तुसी आई करो ए दे उते पढ़ाई करो मैं किवे हौसला करा मेरा पोत हत्था मरेंदिया दे विचो जांदा पिया ए ओ जग्या कफन दा भी इंतजाम कर लो ते कब्र खटण वाले ने भी आखो चा हो सकदा है आपा इनू राती रखना पै जावे ओ मियां कफन दा बंदोबस्त मैं कर लेना लेकिन जेड़ा तू बहना ना कब्र दा ओ रात नु आपा नहीं दफनाना ਆ ਗੁਜਰਾਤ ਵਾਲਿਆਂ ਨੂੰ ਮੈਂ ਫੋਨ ਕੀਤਾ ਆ ਉਹ ਵੀ ਆਉਂਦੇ ਪਏ ਨੇ ਉਹਨਾਂ ਨੂੰ ਪਹੁੰਚਦੇ ਪਹੁੰਚਦੇ ਰਾਤ ਦੇ 2-3 ਵਜ ਜਾਣ ਤੇ ਸਵੇਰ 10-11 ਵਜੇ ਆਰਾਮ ਨਾਲ ਰੱਖ ਲਿਸਾ ਕਾਲੇ ਨਾ ਪਾ ਚਾਚੀ ਆ ਤਾਂ ਫਾਦਰ ਦੀਆਂ ਗੱਲਾਂ ਸੁਣ ਲੈ ਇਹਨੂੰ ਕੀ ਜ਼ਰੂਰਤ ਬਣੀ ਖਲੋਤੀ ਆ ਗੁਜਰਾਤ ਵਾਲਿਆਂ ਨੂੰ ਫੋਨ ਕਰਨ ਦੀ ਇਹਨੂੰ ਪਤਾ ਮੇਰੇ ਮਾਪਿਆਂ ਨਾਲ ਉਹਨਾਂ ਕੁੱਤਿਆਂ ਦੀ ਨਹੀਂ ਬਣਦੀ ਹੈਗੀ ਤੇ ਇਹਨੇ ਕਿਉਂ ਫੋਨ ਕੀਤਾ ਇੱਥੇ ਉਹ ਵੀ ਆ ਗਏ ਤੇ ਮੇਰੇ ਮਾਪਿਆਂ ਆ ਗਏ ਤੇ ਮੇਰੇ ਸਾਈ ਦੀ ਮੰਜੀ ਤਰ ਕੀ ਜਾਸੀ ਮੈਂ ਗੁਜਰਾਤ ਵਾਲਿਆਂ ਨੂੰ ਫੋਨ ਕਰਕੇ ਹਟੇਕ ਚਾਹ ਤੇ ਪਰੋਂ ਪਿੰਡੀ ਤੇ ਸਲਾਮਾਬਾਦ ਵਾਲਿਆਂ ਨੂੰ ਫੋਨ ਕਰ ਚਾ ਪੈੜਾ ਓਏ ਅੰਮਾ ਕਰ ਲੈਣਾ ਲੇਕਿਨ ਹੌਸਲਾ ਤਾਂ ਕਰਾ ਨਾ ਬਰਜਾਈ ਤੂੰ ਲੜਦੀ ਕਿਉਂ ਪਈ ਹੈ ਖੁਸ਼ੀ ਤੂੰ ਬੰਦਾ ਕਿਸੇ ਨੂੰ ਮਨਾ ਕਰ ਸਕਦਾ ਗਮੀ ਤੂੰ ਨਹੀਂ ਕਰ ਸਕਦਾ ਓ ਮੇਰੇ ਪੇਕੇ ਆ ਗਏ ਤੇ ਉਹ ਗੁਜਰਾਤੀਏ ਤੇਰੇ ਹਨਵਈਏ ਆ ਗਏ ਤੇ ਕਿਆ ਹੈ ਓਏ ਮੁਲਕੋ ਮੇਰੇ ਬਿਰਾ ਨੂੰ ਕੀ ਹੋ ਗਿਆ ਇਸ ਗੋਲੇ ਨੂੰ ਕੀ ਹੋਇਆ ਕਿਉਂ ਇਕੱਠ ਹੋਇਆ ਪਿਆ ਓ ਸ਼ਾਦੀ ਤੇ ਗਿਆ ਤੂੰ ਇਤਨਾ ਗੋਸ਼ਤ ਖਾਦਾ ਤੂੰ ਤਾਂ ਡੇਢ ਦੀ ਗੜੂ ਬਣ ਗਿਆ ਤੇ ਹੁਣ ਹਵਾ ਪੇ ਪਰਿੰਦੀ ਹੈ ਡੇਢ ਇਸ ਹਰਾਮਦੇ ਦੀ ਬੜੀ ਗੰਦੀ ਆਦਤ ਹੈ ਖਾਵਣ ਵਾਲੀ ਚੀਜ਼ ਨੂੰ ਵੇਖ ਲਵੇ ਤਾਂ ਵਿਚਰ ਜਾਂਦਾ ਹੁਣ ਤਾਂ ਬਚਣਾ ਕੋਈ ਨਹੀਂ ਮੈਂ ਵੇਖ ਕੇ ਖਾਲਾਂ ਲੇਕਿਨ ਮਾਈ ਸਾਹਬਰੇ ਨੂੰ ਖਫਨ ਮਾ ਦੇਵਣਾ ਹੋਰ ਕੋਈ ਬੰਦਾ ਨਾ ਲਵੇ ਕੱਲੇ ਖੱਫੜ ਦੇ ਜਾਨ ਨਾ ਛੁਡਾ ਤੇਰਾ ਜਦੋਂ ਪਿਓ ਮਰਿਆ ਸੀ ਨਾ ਅਸੀਂ ਉਹਨੂੰ ਰੋਟੀ ਦਿੱਤੀ ਆਈ ਇਹ ਹੁਣ ਸਾਡਾ ਭਰਾ ਮਰੂ ਹੈ ਤੁਸੀਂ ਇੱਥੇ ਰੋਟੀ ਕਰਨੀ ਹੈ ਤੁਸੀਂ ਕੱਲਿਆ ਰੋਟੀ ਕੋਈ ਨਾ ਦਿੱਤੀ ਸੱਤ ਘਰ ਤੁਸੀਂ ਰਲਿਆ ਤਾਂ ਰੋਟੀ ਪੂਰੀ ਹੋਈ ਆਏ ਅਸੀਂ ਵੀ ਰੋਟੀ ਤਾਂ ਦਿਸਾਂ ਜੀ 8-10 ਘਰ ਮੇਰੇ ਨਾਲ ਰਲੇ ਤਾਂ ਬੂਤਨਾ ਮੈਂ ਕਿਸੇ ਦੇ ਨਾਲ ਵੀ ਰਲ ਕੇ ਰੋਟੀ ਨਹੀਂ ਕਰਨੀ ਆ ਮੈਂ ਬੈਣ ਕੱਲੀ ਬਿਰਾ ਦਾ ਮਰਨਾ ਸੋਣਾ ਕਰਸਾ ਵੇ ਬਿਰਾ ਬੈਣ ਨਾਲ ਦੋ ਗੱਲਾਂ ਕਰ ਲਵੇ ਕਿਸਮਤ ਮਾਰੇ ਆ ਨਹੀਂ ਬਿੱਲਾ ਬਿਰਾ ਦਾ ਡੇਢ ਤੂੰ ਸਿਰ ਚਾਲ ਡੇਢ ਪਟਾਕਾ ਮਾਰਾ ਨਾਲ ਆਈ ਨਹੀਂ ਅੰਮਾ ਮੈਂ ਕਿਵੇਂ ਸਿਰ ਚਾਲ ਲਵਾਂ ਨਹੀਂ ਮੇਰਾ ਬਿਰਾ ਜੱਟ ਗੜੀ ਦਾ ਪੁਰਾਣਾ ਪਿਆ ਮੇਰੇ ਕੋਲ ਨਹੀਂ ਮੈਂ ਮਾਰ ਗਈ ਰੂਪ ਹੀ ਨਾ ਆਇਆ ਮੇਰੇ ਬਿਰਾ ਨੂੰ ਓਏ ਸ਼ੁਰੂ ਤੋਂ ਐਵੇਂ ਦਾ ਇਹਦਾ ਤਾਂ ਰੂਪ ਕਿਵੇਂ ਆਵੇ ਬਿੱਲੋ ਓਏ ਚੁੱਪ ਕਰੋ ਤੇਰਾ ਮੰਮਾ ਲਗਾ ਹੁੰਦਾ ਏ ਵੇਖੋ ਕੀ ਤੇਰਾ ਤਾਂ ਪਨੇਵਾ ਮੈਨੂੰ ਲੱਗਦਾ ਪਿਆ ਮਰਦਾ ਪਿਆ ਈ ਇਹ ਤਾਂ ਖਰਚੇ ਤਾਂ ਘਰ ਬਣ ਜਾਣੇ ਰੋਟੀ ਛੋਟੀ ਅਸੀਂ ਕੋਈ ਨਹੀਂ ਦੇਣੀ ਤੂੰ ਰੁੱਤ ਸਹੀ ਬੜਾ ਟਾਈਮ ਨਾਲ ਆਪਣਿਆ ਤੈਨੂੰ ਚੰਗਾ ਭਲਾ ਪਤਾ ਕਦੋਂ ਦਾ ਮੈਂ ਸੁਣਿਆ ਤੇਰੇ ਲੈ ਗਿਆ ਤੇ ਨਿਮਾਸ਼ੀ ਆਪਣਿਆ ਤੈਨੂੰ ਚੰਗਾ ਭਲਾ ਪਤਾ ਮੇਰਾ ਬਣਿਆ ਮਰਦਾ ਪਿਆ ਹੈ ਜਿੰਨੇ ਯਾਦ ਦੱਸਿਆ ਉਸੇ ਉਸੇ ਟਾਈਮ ਵੱਜ ਪਿਆ ਹੈ ਬਾਜੀ ਇਹਨੂੰ ਹੋਇਆ ਕੀ ਹੈ ਨਹੀਂ ਮੈਂ ਤੈਨੂੰ ਕੀ ਦੱਸਾਂ ਅੱਜ ਤੂੰ ਡੋਲ ਕੇ ਚਾਹ ਤੂੰ ਦੰਮੀ ਨਾ ਤੇ ਦੇ ਕਿ ਨਹੀਂ ਪਰਮਾ ਦੀ ਸ਼ਾਦੀ ਆਈ ਉੱਤੇ ਵਾਲੀ ਮਾਂ ਤੋਂ ਤੋ ਇਤਨਾ ਗੋਸ਼ਤ ਕਹਾ ਲਿਆ ਸੂ ਤੂੰ ਹੁਣ ਪਤਾ ਨਹੀਂ ਡੱਡ ਚਾਹ ਫੂਕ ਭਰਿੰਦੀ ਜਾਂਦੀ ਅੱਲਾ ਜਾਣੇ ਕਿ ਲੇਕਿਨ ਸੁਗਰੇ ਇਹ ਇਹਨੂੰ 7-Up ਦੀ ਬੋਤਲ ਤੇ ਕਸੂਰੀ ਫੱਕੀ ਖਵਾ ਬੜੇ ਇਲਾਜ ਕੀਤੇ ਹੈਗੇ 7-Up ਦੀ ਬੋਤਲ ਉੱਤੇ 3 ਬੀੜੀਆਂ ਇਸ ਸੂ
रोटी का बंदोबस्त कर ला पुराने अपने अपने तू की खवावना है कला मैं ददरी नहीं छिलेंदा इथू चार बंदे मैं नरल सिंह देगा पक्ष है तू कुछ ना करी निक्की दिल्ली आले कजूस मक्की चूस मेरा बिरा इको शेरा वर्गा है अपे सते कोल सारे कर लैसे बाजी साबरा असी कुछ नहीं करना हैगा साडा ते अपना काम नहीं लगता पिया हैगा असी कित्थों भला करिए ओ मेरी बहन दिल छोटा ना कर सुबह दा नाश्ता ना चाह पापा दा ओ असी करा दिसा तू ते सुबह दा नाश्ता करवा दे से चाह ते पापियां दा ते बाकी दे खर्चे काए करन चू कुला ते सातियां दा पुत्रे औरी करन खा एदा प्यो मरे दा अपन नहीं कीते आन और पिछा होया जांदा मैं तुहानू अगे भी आख्या कल्ले मैं रोटी कोई नहीं देवनी जेड़ी बिरादरी आंदी पई ओ भी मेरे नाल रले मामा कुकी भी रले ते शौकी भी रले ता देगा पक्षन शौकी वाला ते उम्मीद ना रख मेरा ते जदों प्यो मरिया ना इहने 120 रुपया ते चिट्टा साफा बनाया ते हुण मैं इहने वड्डे भरा नू दो च बनाई सा ते बस ठीक है मोड़े आपे करन कल्ला खर्चा मैं भी नहीं करेंदा गल सुन ला मेरी ये सारा खर्चा मैं करना लेकिन अम्मा एक मेरी शरत है कि सवा महीने तो बाद ना सुगरी जी मेरी शादी करो कोई मैनू वाशरूम लाए चलो चीमा ब्राई नु वाशरूम ले जाओ शुक्र है मेरे साई नु हवा ते आई अगे ता आवाज बंद होई पी आई ओ चीमा जुत्ती पो शुक्र है मेरा साई दी कबर सोट गई है ते बचन दी कोई उम्मीद लग गई है मैं ते 200 दी छह वंडसा हुन मेरा पुत्र बाहर गया ओ क्यों ओ डोमा खाली मैं मरया हां ने तुसी खावन पीवन दा आधा बंदोबस्त पहले ही करन लग पया अम्मा जेड़ी फक्की मैं लिया के दित्ती है ना ओदे नाल ठीक होया ही अच्छा ऐसी मजीद फनी वीडियोस देखने के लिए हमारे चैनल रचनावी टीवी को सब्सक्राइब करें।